ਵੀ ਬਣ ਚੁੱਕੇ ਹਾਂ। ਜੀ ਹਾਂ, ਮਤਲਬ ਹੀ ਉਹ ਵੀ ਇਸ ਕਰਕੇ ਜਿਨ੍ਹਾਂ ਸ਼ਹੀਦਾਂ ਯੋਧਿਆਂ ਨੇ ਸਾਡੇ ਲਈ ਕੁਰਬਾਨੀ ਦਿੱਤੀ, ਅਸੀਂ ਉਹਨਾਂ ਦੇ ਦਿਹਾੜੇ ਤੱਕ ਯਾਦ ਨਹੀਂ ਰੱਖ ਸਕੇ, ਬਲਕਿ ਸਾਨੂੰ ਸਿੰਗਰਾਂ ਤੇ ਅਦਾਕਾਰਾਂ ਦੇ ਦਿਨ ਤਾਂ ਯਾਦ ਹੁੰਦੇ ਨੇ, ਜਿਨ੍ਹਾਂ ਨੇ ਆਪਣਾ ਯੋਗਦਾਨ ਜਵਾਨੀ ਨੂੰ ਵਿਗਾੜਨ ਵਿੱਚ ਪਾਇਆ। 13 ਮਾਰਚ ਲੰਡਨ ਦਾ ਕੈਕਸਟਨ ਹਾਲ ਉਸ ਵੇਲੇ ਗੂੰਜ ਉੱਠਿਆ ਜਦੋਂ ਸੁਨਾਮ ਦੀ ਧਰਤੀ ਤੋਂ ਇੱਕ ਯੋਧੇ ਨੇ ਜਾਂ ਅੰਗਰੇਜ਼ੀ ਸ਼ਾਸਨ ਦੀਆਂ ਜੜ੍ਹਾਂ ਹਿਲਾ ਦਿੱਤੀਆਂ। 13 ਮਾਰਚ ਦਾ ਦਿਹਾੜੇ ਦਾ ਸੰਬੰਧ ਸੁਨਾਮ ਨਾਲ ਹੈ ਅਤੇ ਇਸ ਦਿਨ ਸ਼ਹੀਦ ਊਧਮ ਸਿੰਘ ਨੂੰ ਯਾਦ ਕੀਤਾ ਜਾਂਦਾ ਹੈ। ਅੱਜ ਦੇ ਦਿਨ ਸ਼ਹੀਦ ਊਧਮ ਸਿੰਘ ਨੇ ਲੰਡਨ ਦੇ ਕੈਕਸਟਨ ਹਾਲ ਵਿਖੇ ਮਾਈਕਲ ਅਡਵਾਇਰ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ 3 ਹੋਰ ਉਸ ਵੇਲੇ ਦੇ ਸਾਬਕਾ ਪੰਜਾਬ ਦੇ ਗਵਰਨਰਾਂ ਨੂੰ ਜ਼ਖਮੀ ਕਰ ਦਿੱਤਾ ਸੀ ਤੇ ਉਹ ਤਾਰੀਖ ਸੀ 13 ਮਾਰਚ 1940 ਜਦੋਂ ਊਧਮ ਸਿੰਘ ਨੇ ਲੰਡਨ ਵਿਖੇ ਮਾਈਕਲ ਅਡਵਾਇਰ ਨੂੰ ਮਾਰ ਦਿੱਤਾ। ਉਸ ਵੇਲੇ ਦੂਜੀ ਵਿਸ਼ਵ ਜੰਗ ਚੱਲ ਰਹੀ ਸੀ। ਲੰਡਨ ਦੇ ਵਿੱਚ ਊਧਮ ਸਿੰਘ ਵੱਲੋਂ ਕੀਤੇ ਕਾਰਨਾਮੇ ਨਾਲ ਵਿਸ਼ਵ ਭਰ ਵਿੱਚ ਤਰਥਲੀ ਮੱਚ ਗਈ ਸੀ। ਇਸ ਦਾ ਸੁਨਾਮ ਨਿਵਾਸੀਆਂ ਤੇ ਗਹਿਰਾ ਪ੍ਰਭਾਵ ਵੀ ਪਿਆ ਕਿਉਂਕਿ ਅੰਗਰੇਜ਼ ਸਰਕਾਰ ਨੇ ਸੁਨਾਮ ਨਿਵਾਸੀਆਂ ਤੇ ਬਹੁਤ ਸਖਤੀ ਕੀਤੀ। ਅੱਜ 13 ਮਾਰਚ 1940 ਦੇ ਦਿਨ ਪੰਜਾਬ ਦੇ ਬੱਬਰ ਸ਼ੇਰ ਸ਼ਹੀਦ ਏ ਆਜ਼ਮ ਸਰਦਾਰ ਊਧਮ ਸਿੰਘ ਨੇ ਕੈਕਸਟਨ ਹਾਲ ਲੰਡਨ ਵਿਖੇ 13 ਮਾਰਚ 1940 ਨੂੰ ਮਾਈਕਲ ਅਡਵਾਇਰ ਨੂੰ ਗੋਲੀਆਂ ਮਾਰ ਕੇ ਜਲਿਆਂਵਾਲੇ ਬਾਗ ਦੇ ਮਹਾਨ ਸ਼ਹੀਦਾਂ ਦਾ ਬਦਲਾ ਖੂਨ ਦਾ ਬਦਲਾ ਖੂਨ ਨਾਲ ਲਿੱਤਾ ਸੀ। ਅੱਜ ਅਸੀਂ ਸ਼ਹੀਦ ਊਧਮ ਸਿੰਘ ਜੀ ਦਾ ਪ੍ਰਤੀਗਿਆ ਦਿਵਸ, ਜਿਹੜੀ ਉਹਨਾਂ ਨੇ 21 ਸਾਲ ਉਹਨਾਂ ਨੇ ਪ੍ਰਤੀਗਿਆ ਕੀਤੀ, ਉਹਦਾ 21 ਸਾਲ ਦੇ ਬਾਅਦ ਮਾਈਕਲ ਅਡਵਾਇਰ ਨੂੰ ਮਾਰ ਕੇ ਉਸ ਮਹਾਨ ਸ਼ਹੀਦ ਨੇ ਬਦਲਾ ਲਿੱਤਾ ਸੀ। ਸਰਕਾਰਾਂ ਨੂੰ ਦੇਖਦੇ ਹੋਏ ਬੜਾ ਦੁੱਖ ਹੋ ਰਿਹਾ ਵੀ ਅੱਜ ਦੇ ਦਿਨ ਜਿਹੜਾ ਇਹ ਦਿਨ ਨਹੀਂ ਮਨਾ ਰਹੇ। ਇਹ ਬੜੇ ਅਫਸੋਸ ਦੀ ਗੱਲ ਆ। ਸਰਕਾਰਾਂ ਨੂੰ ਇਹ ਆਪ ਸੋਚਣਾ ਚਾਹੀਦਾ ਇਹਨਾਂ ਚੀਜ਼ਾਂ ਦਾ ਵੀ ਉਹ ਇਹ ਦਿਨ ਧੂਮ ਧਾਮ ਨਾਲ ਮਨਾਉਣ। ਚਾਲੀ ਨੂੰ ਸ਼ਹੀਦ ਊਧਮ ਸਿੰਘ ਨੇ ਲੰਡਨ ਦੇ ਕੈਕਸਟਨ ਹਾਲ ਦੇ ਵਿੱਚ ਜਦੋਂ ਇੱਕ ਮੀਟਿੰਗ ਚੱਲ ਰਹੀ ਸੀ ਉਸ ਵੇਲੇ 4 ਅੰਗਰੇਜ਼ ਅਫਸਰਾਂ ਦੇ ਉੱਤੇ 6 ਗੋਲੀਆਂ ਚਲਾਈਆਂ ਸੀ। ਪਹਿਲੀਆਂ 2 ਗੋਲੀਆਂ ਉਹਨੇ ਮਾਰਕਸ ਆਫ ਜੈਟਲੈਂਡ ਦੇ ਮਾਰੀਆਂ ਸੀ, ਉਸ ਤੋਂ ਬਾਅਦ 2 ਗੋਲੀਆਂ ਮਾਈਕਲ ਅਡਵਾਇਰ ਦੇ, 1 ਲਾਰਡ ਲੈਮਟਨ ਦੇ ਮਾਰੀ ਸੀ, 1 ਲੂਈਸ ਟੇਲ। ਇਹ ਚਾਰੇ ਦੇ ਚਾਰੇ ਭਾਰਤ ਦੇ ਵਿੱਚ ਕਿਸੇ ਨਾ ਕਿਸੇ ਵੇਲੇ ਗਵਰਨਰ ਹੋਏ ਸੀਗੇ ਅਤੇ ਭਾਰਤ ਦੀ ਆਜ਼ਾਦੀ ਦੇ ਖਿਲਾਫ ਸੀ। ਮਤਲਬ ਜਿਹੜਾ ਊਧਮ ਸਿੰਘ ਨੇ ਅਸਲ ਜਿਹੜਾ ਲੰਡਨ ਦੇ ਵਿੱਚ ਗੋਲੀਆਂ ਜਾਣ ਦਾ ਮਕਸਦ ਕੀ ਸੀ, ਉਹਦਾ ਅਸਲੀ ਮੁੱਦਾ ਕੀ ਸੀ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਦਾ। ਕਿਉਂਕਿ ਜਿਹੜੇ ਅੰਗਰੇਜ਼ ਸੀਗੇ ਉਹ ਭਾਰਤ ਦੇ ਉੱਤੇ ਉਸ ਵੇਲੇ ਰਾਜ ਕਰਦੇ ਸੀਗੇ, ਉਹ ਭਾਰਤੀਆਂ 'ਤੇ ਬਹੁਤ ਜ਼ਿਆਦਾ ਜ਼ੁਲਮ ਕਰਦੇ ਸੀ। ਕਿਉਂਕਿ ਇਹ ਸਾਰੀ ਗਦਰ ਲਹਿਰ ਜਿਹੜੀ ਉੱਠੀ ਸੀਗੀ ਜਦੋਂ ਕਰਤਾਰ ਸਿੰਘ ਸਰਾਭੇ ਹੋਈ ਸੀਗੀ, ਉਹ ਸਾਰੀ ਗਦਰ ਲਹਿਰ ਨੂੰ ਕੁਚਲਣ ਵੇਲੇ ਵੀ ਜਿਹੜਾ ਮਾਈਕਲ ਅਡਵਾਇਰ ਦਾ ਅਤੇ ਇਹਨਾਂ ਅੰਗਰੇਜ਼ ਅਫਸਰਾਂ ਦਾ ਮਤਲਬ ਕਾਫ਼ੀ ਵੱਡੇ ਰੋਲ ਰਹੇ ਸੀ। ਇਸ ਕਰਕੇ ਜਿਹੜਾ ਸੀਗਾ ਊਧਮ ਸਿੰਘ ਇਹ ਚਾਹੁੰਦਾ ਸੀਗਾ ਕਿ ਸਾਡਾ ਮੇਰਾ ਭਾਰਤ ਮੁਲਕ ਆਜ਼ਾਦ ਹੋਵੇ, ਜਿਹੜੇ ਅੰਗਰੇਜ਼ ਸਾਡੀ ਲੁੱਟ ਨਾ ਕਰ ਸਕਣ। ਇਸ ਕਰਕੇ ਉਹਨਾਂ ਨੇ ਜਿਹੜੇ ਅੰਗਰੇਜ਼ ਅਫਸਰਾਂ 'ਤੇ ਗੋਲੀਆਂ ਚਲਾਈਆਂ ਸੀ, ਮੇਨ ਉਹਦਾ ਮਕਸਦ ਦੇਸ਼ ਦੀ ਆਜ਼ਾਦ ਕਰਵਾਉਣਾ ਸੀ। ਹਾਂ, ਉਸੇ ਵੇਲੇ ਉਹਨਾਂ ਨੂੰ ਫਿਰ ਮੌਕੇ ਦੇ ਉੱਤੇ ਜਿਹੜੀ ਫੋਟੋ ਹੈਗੀ ਹੈ ਉਹ ਮੌਕੇ 'ਤੇ ਗ੍ਰਿਫਤਾਰ ਕਰ ਲਿਆ ਸੀਗਾ ਗੋਲੀਆਂ ਚਲਾ ਕੇ। ਮਤਲਬ ਉਸੇ ਵੇਲੇ ਭੀੜ ਸੀ, ਭੀੜ ਦੇ ਵਿੱਚ ਉਹਨੂੰ ਉੱਥੇ ਹੀ ਮੌਕੇ 'ਤੇ ਉਹਨਾਂ ਨੂੰ ਫੜ ਲਿਆ। ਉਸ ਤੋਂ ਬਾਅਦ ਜੇਲ੍ਹ 'ਚ ਲੈ ਗਏ, ਉਸ ਤੋਂ ਬਾਅਦ 31 ਜੁਲਾਈ 1940 ਮਤਲਬ ਉਹਨਾਂ ਦਾ ਮੁਕੱਦਮਾ ਚੱਲਿਆ। 31 ਜੁਲਾਈ 1940 ਨੂੰ ਉਹਨਾਂ ਨੂੰ ਫਾਂਸੀ ਉਹਨਾਂ ਨੇ ਉੱਥੇ ਹੋਈ ਸੀਗੀ ਜੀ, ਫਾਂਸੀ ਲੰਡਨ ਦੇ ਵਿੱਚ ਹੀ ਹੋਈ। ਹਾਂ, ਉੱਥੇ ਹੋਈ, ਸਾਰਾ ਟ੍ਰਾਇਲ ਵੀ ਜਿਹੜਾ ਉਹਦਾ ਮੁਕੱਦਮਾ ਵੀ ਉੱਥੇ ਚੱਲਿਆ ਸੀਗਾ। ਇੱਥੇ ਤਾਂ ਸਿਰਫ 1974 ਦੇ ਵਿੱਚ ਬਹੁਤ ਦੇਰ ਬਾਅਦ ਇਹਦੀਆਂ ਅਸਥੀਆਂ ਜਿਹੜੀਆਂ ਸੀਗੀਆਂ ਉਹ ਸੁਨਾਮ ਦੇ ਵਿੱਚ ਲਿਆਂਦੀਆਂ ਸੀਗੀਆਂ। ਇਹਦੇ ਸਟੇਡੀਅਮ ਜਿਹੜਾ ਆਪਣਾ ਹੈਗਾ ਖੇਡ ਸਟੇਡੀਅਮ, ਇਹਦੇ ਵਿੱਚ ਉਹਨਾਂ ਦਾ ਸੰਸਕਾਰ ਕੀਤਾ ਸੀ 74 ਦੇ ਵਿੱਚ। ਊਧਮ ਸਿੰਘ ਦਾ ਤਾਂ ਮੇਨ ਸੁਪਨਾ ਦੇਸ਼ ਦੀ ਆਜ਼ਾਦੀ ਦੀ ਸੀ। ਇਹ ਗੱਲ ਉਹਨਾਂ ਨੇ ਆਪਣੇ ਜਦੋਂ ਅਦਾਲਤ ਦੇ ਵਿੱਚ ਬਿਆਨ ਹੋਇਆ, 8 ਪੇਜ ਉਹ ਆਪਣੇ ਹੱਥ ਲਿਖਤਾਂ ਨਾਲ ਲੈ ਕੇ ਗਏ ਸੀ। ਮੈਂ ਤੁਹਾਨੂੰ ਵੀ ਦੱਸ ਦਿੰਦਾ, ਇਹ ਊਧਮ ਸਿੰਘ ਦੇ ਆਪਣੇ ਹੱਥ ਨਾਲ ਲਿਖ ਕੇ ਲੈ ਕੇ ਗਏ ਸੀ 8 ਪੇਜ। ਮੈਂ ਤੁਹਾਨੂੰ ਦਿਖਾਉਂਦਾ ਜਿਹੜੀ ਉਹਦੀ ਆਪਣੀ ਲਿਖਾਈ ਦੇ ਵਿੱਚ, ਉਹਦੇ ਵਿੱਚ ਉਹ ਮਤਲਬ ਲਗਾਤਾਰ 25 ਮਿੰਟ ਤੱਕ ਬੋਲਦੇ ਰਹੇ ਸੀਗੇ। ਇਹ ਉਹਨਾਂ ਦੇ ਆਪਣੇ ਹੱਥ ਨਾਲ ਲਿਖੇ ਹੋਏ ਪੇਜ। ਇਹ ਅਦਾਲਤ ਦੇ ਵਿੱਚ ਜਦੋਂ ਉਹਨਾਂ ਨੂੰ ਜੱਜ ਨੇ ਫਾਂਸੀ ਦੀ ਸਜ਼ਾ ਸੁਣਾਤੀ ਸੀਗੀ, ਫਿਰ ਉਹ ਇਹਦੇ ਵਿੱਚੋਂ ਜਵਾਨੀ ਮਤਲਬ 25 ਮਿੰਟ ਤੱਕ ਬੋਲੇ। ਉਦੋਂ ਉਹਨਾਂ ਨੇ ਕਿਹਾ ਕਿ ਮੈਂ ਦੇਸ਼ ਨੂੰ ਆਜ਼ਾਦ ਦੇਖਣਾ ਚਾਹੁੰਦਾ, ਜਦੋਂ ਮੈਂ ਚਲਾ ਗਿਆ ਹਜ਼ਾਰਾਂ ਦੇਸ਼ ਵਾਸੀ ਇਹਨਾਂ ਗੰਦੇ ਕੁੱਤਿਆਂ ਨੂੰ ਬਾਹਰ ਕੱਢਣ ਲਈ ਬਾਹਰ ਆਉਣਗੇ। ਉਹਨਾਂ ਸ਼ੇਰ ਸੀ ਸੇਵਾ ਦੇਸ਼ ਦੀ ਜਿੰਦੜੀ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੀ, ਇਹ ਸਾਰਾ ਉਹਦੇ ਆਪਣੇ ਹੱਥ ਨਾਲ ਲਿਖਿਆ ਹੋਇਆ। ਇਹ ਨਹੀਂ, ਇਹ ਫਟਿਆ ਇਹ ਸੀਗਾ ਕਿ ਉਹਨੂੰ ਮਤਲਬ ਜਦੋਂ ਬੋਲ ਰਿਹਾ ਸੀਗਾ
ਮਤਲਬ ਜੱਜ ਦੇ ਉੱਤੇ ਥੁੱਕਿਆ, ਉਹ ਕਰਕੇ ਫਿਰ ਇਹਨੇ ਹੱਥ ਲਿਖਤ ਸੀਗੀ ਜਾਂਦੇ ਜ਼ਬਰਦਸਤੀ ਫੜ ਕੇ ਅੰਗਰੇਜ਼ਾਂ ਨੇ ਤਾਰ, ਇਹਨੇ ਮਰੋੜ ਕੇ ਕਾਗਜ਼ ਐ ਸੁੱਟਦੇ ਸੀ। ਹਾਂ ਇਹ ਅਸਲੀ ਕਾਗਜ਼ ਅਸਲੀ ਲਿਖਿਆ ਬਿਲਕੁਲ। ਫਿਰ ਇਹ ਹੁਣ ਇੰਗਲੈਂਡ ਦੇ ਵਿੱਚ ਪਈ ਹੈ, ਇੰਗਲੈਂਡ ਦੇ ਵਿੱਚ ਉਹਨਾਂ ਨੇ ਮੈਨੂੰ ਮਤਲਬ ਕਿ ਸਿੱਧਾ ਕਰ ਦਿੱਤਾ ਫਾਈਲਾਂ ਦੇ ਵਿੱਚ। ਹਾਂ ਸਰਕਾਰਾਂ ਲੱਖਾਂ ਦਾਅਵੇ ਕਰਦੀਆਂ ਨੇ ਪਰ ਇਹਨਾਂ ਸ਼ਹੀਦਾਂ ਨੂੰ ਅਸੀਂ ਬਣਦਾ ਮਾਨ ਸਨਮਾਨ ਨਹੀਂ ਦੇ ਸਕੇ, ਜੋ ਸਾਡੇ ਸਿਸਟਮ ਤੇ ਇੱਕ ਵੱਡੀ ਲਾਣਤ ਹੈ। ਸੁਨਾਮ ਤੋਂ ਮਲਕੀ ਜੰਮੂ ਦੀ ਰਿਪੋਰਟ, ਪੰਜਾਬੀ ਟੀਵੀ।